ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹ ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਜਸਵੰਤ ਸਿੰਘ ਨਿੱਕੀ ਜੀ ਦੁਆਰਾ ਲਿਖੀ ਕਿਤਾਬ ਅਸਲ ਵਿਦਿਆ ਦੁਨੀਆ ਭਰ ਵਿੱਚ ਮੇਰਾ ਕੋਈ ਮੁਕਾਬਲਾ ਨਹੀਂ ਉਦੋਂ ਮੈਂ ਮਾਨਸਿਕ ਸਿਹਤ ਦੀ ਅੰਤਰਰਾਸ਼ਟਰੀ ਫੈਡਰੇਸ਼ਨ ਦਾ ਅਨਰੇਰੀ ਸਕੱਤਰ ਸਾਂ ਤਦ ਇੱਕ ਯਹੂਦੀ ਔਰਤ ਦਾ ਨਾਮ ਉਸ ਫੈਡਰੇਸ਼ਨ ਦੇ ਫਿਰਤੂ ਰਾਜਦੂਤ ਦੇ ਪਦ ਲਈ ਤਸਵੀਜ਼ ਹੋਇਆ ਉਹ ਨਿਊਯਾਰਕ ਰਹਿੰਦੇ ਸੀ ਤੇ ਮੈਂ ਥੋੜੇ ਦਿਨਾਂ ਨੂੰ ਨਿਊਯਾਰਕ ਜਾਣਾ ਸੀ। ਸੋ ਮੈਂ ਉਸ ਨੂੰ ਮਿਲਣ ਦੇ ਇਰਾਦੇ ਨਾਲ ਉਸ ਨੂੰ ਟੈਲੀਫੋਨ ਕੀਤਾ। ਉਸ ਨੇ ਮੇਰੇ ਉੱਥੇ ਆਉਣ ਤੇ ਬਸੰਤਤਾ ਪ੍ਰਗਟ ਕੀਤੀ ਤੇ ਮਿਲਣ ਲਈ ਇੱਕ ਰੈਸਟੋਰਾਂ ਵਿੱਚ ਅਸੀਂ ਸਮਾਂ ਮੁਕਰਰ ਕਰ ਲਿਆ। ਮੈਂ ਉਸ ਨੂੰ ਪਹਿਲਾਂ ਕਦੇ ਨਹੀਂ ਸਾ ਮਿਲਿਆ। ਮਿਲਿਆ ਤਾਂ ਉਹ ਪਹਿਲੀ ਨਜ਼ਰੇ ਮੈਨੂੰ ਸੁਧਾਰਨ ਜਿਹੇ ਪਹਿਰਾਵੇ ਵਿੱਚ ਸੁਧਾਰਨ ਜਿਹੇ ਔਰਤ ਪੰਜਾਬੀ। ਅਸਮਕ ਬਹੁਤ ਸੀ ਇਤਿਹਾਸਾ ਉਸ ਦਾ ਬੜਾ ਰੋਚਕ ਸੀ ਪਰ ਜਦ ਉਸ ਨਾਲ ਕੁਝ ਸਮਾਂ ਬੈਠਿਆ ਹੋ ਗਿਆ ਤਾਂ ਮੈਂ ਉਸ ਨੂੰ ਕਿਹਾ ਕਿ ਉਹ ਮੈਨੂੰ ਆਪਣੇ ਪਸ਼ੋਕੜ ਬਾਰੇ ਕੁਝ ਦੱਸੇ ਅਸਪਈ ਤੇ ਕਹਿਣ ਲੱਗੀ ਸਮਝ ਨਹੀਂ ਆਉਂਦੀ ਕਿੱਥੋਂ ਸ਼ੁਰੂ ਕਰਾਂ ਮੈਂ ਕਿਹਾ ਜਿੱਥੋਂ ਮਰਜ਼ੀ ਸ਼ੁਰੂ ਕਰ ਦਿਓ ਉਹ ਫਿਰ ਹਸੀ ਤੇ ਇੱਕਦਮ ਗੰਭੀਰ ਹੋ ਗਈ ਕਹਿਣ ਲੱਗੀ ਮੈਂ ਯਹੂਦੀ ਹਾਂ ਤੇ ਯਹੂਦੀ ਹੋਣ ਤੇ ਮੈਨੂੰ ਗਰਭ ਹੈ ਮੇਰੇ ਦਾਦਾ ਜੀ 나ਜ਼ੀਆਂ ਦੇ ਜੋਗਲ ਤੋਂ ਮਸਾਂ ਹੀ ਬਚੇ ਸਨ ਉਹ ਕਈ ਰਾਤਾਂ ਸਫਰ ਕਰਦੇ ਇਹ ਦਿਨੇ ਲੁਕਦੇ ਜਰਮਨੀ ਤੋਂ ਐਮਸਟਰਡੈਮ ਤੱਕ ਪਹੁੰਚੇ ਉੱਥੇ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਜਾਵਦੀਆਂ ਨੇ ਜੋ ਜਰਮਨੀ ਝੋਂ ਬੱਚ ਨਿਕਲੇ ਸਨ ਇੱਕ ਕਾਨਫਰੰਸ ਆਪਣਾ ਭਵਿਕ ਸੋਚਣ ਲਈ ਬੁਲਾਈ ਹੈ ਸੋ ਉਹ ਉੱਥੇ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਚਲੇ ਗਏ ਉਸ ਕਾਨਫਰੰਸ ਵਿੱਚ ਜੋ ਰੈਜ਼ੋਲੂਸ਼ਨ ਪਾਸ ਹੋਏ ਉਹਨਾਂ ਵਿੱਚੋਂ ਦੋ ਉਹ ਆਪਣੇ ਪੱਲੇ ਬੰਨ ਲਿਆਏ ਇੱਕ ਇਹ ਕਿ ਆਪਣੇ ਬੱਚਿਆਂ ਨੂੰ ਆਪਣੇ ਧਰਮ ਤੇ ਸਭਿਆਚਾਰ ਨਾਲ ਜੋੜ ਕੇ ਰੱਖਣਾ ਤੇ ਦੂਜਾ ਉਹਨਾਂ ਨੂੰ ਇਤਨੀ ਵਿੱਦਿਆ ਦਿਵਾਣੀ ਹੈ ਕਿ ਦੁਨੀਆ ਵਿੱਚ ਉਹਨਾਂ ਦਾ ਕੋਈ ਮੁਕਾਬਲਾ ਨਾ ਰਹੇ ਇਸ ਮਤੇ ਦੀ ਗੱਲ ਉਹਨਾਂ ਮੇਰੇ ਨਾਲ ਕੀਤੀ ਤੇ ਮੈਨੂੰ ਕਿਹਾ ਬੱਚੀਏ ਤੇਰੇ ਦਾਦੇ ਨੇ ਇਸ ਬਾਰੇ ਆਪਣੇ ਆਪ ਨਾਲ ਪ੍ਰਣ ਕੀਤਾ ਹੈ ਤੂੰ ਇਹ ਪ੍ਰਣ ਨਿਭਾਉਣ ਵਿੱਚ ਮੇਰੀ ਮਦਦ ਕਰੀ ਸੋ ਮੈਂ ਉਹਨਾਂ ਨੂੰ ਵਾਣ ਦੇ ਦਿੱਤਾ ਫਿਰ ਮੈਂ ਪਹਿਲਾਂ ਮਾਨਵ ਵਿਗਿਆਨ ਦੀ ਐਮਏ ਪੀਐਚਡੀ ਕੀਤੀ ਫਿਰ ਮਨੋਵਿਗਿਆਨ ਦੀ ਫਿਰ ਸਮਾਜ ਵਿਗਿਆਨ ਦੀ ਫਿਰ ਮੈਂ ਕਾਨੂੰਨ ਦੀ ਐਲ ਐਲ ਐਮ ਕੀਤੀ ਤੇ ਅੰਤਰਰਾਸ਼ਟਰੀ ਨਿਆਂ ਵਿੱਚ ਵਿਸ਼ੇਸ਼ਕਤਾ ਪ੍ਰਾਪਤ ਕੀਤੀ ਆਖਰ ਵਿੱਚ ਮੈਂ ਧਰਮ ਵਿਗਿਆਨ ਦੀ ਡਾਕਟੋਰੇਟ ਕੀਤੀ ਇਹ ਮੇਰਾ ਵਿਦਿਅਕ ਪਿਛੋਕੜ ਹੈ ਮੇਰਾ ਦਾਦਾ ਮੇਰੇ ਨਾਲ ਬਹੁਤ ਪ੍ਰਸੰਨ ਹੈ ਤੇ ਮੈਂ ਦਾਦੇ ਨਾਲ ਜਿਸ ਨੇ ਮੈਨੂੰ ਇਤਨਾ ਉਤਸ਼ਾਹ ਦਿੱਤਾ ਹੁਣ ਵਾਕਈ ਦੁਨੀਆ ਭਰ ਵਿੱਚ ਮੇਰਾ ਕੋਈ ਮੁਕਾਬਲਾ ਨਹੀਂ ਮੈਂ ਉਸ ਬਜ਼ੁਰਗ ਨੂੰ ਦਿਲ ਹੀ ਦਿਲ ਵਿੱਚ ਸਲਾਮ ਕੀਤਾ ਤੇ ਸੋਚਿਆ ਕਾਸ਼ ਮੇਰੀ ਕੌਮ ਵੀ ਐਸਾ ਕੋਈ ਫੈਸਲਾ ਕਰ ਸਕੇ 1983 ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ